ਨਹੀਂ ਮਿਲੀ ਹੈ, ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ। ਰਾਜਾ ਵੜਿੰਗ ਦਾ ਵਿਵਾਦਾਂ ਨਾਲ ਕੋਈ ਗੂੜਾ ਸੰਬੰਧ ਜਾਪ ਰਿਹਾ, ਕਿਉਂਕਿ ਜਿੱਥੇ ਵੀ ਰਾਜਾ ਵੜਿੰਗ ਜਾਂਦੇ ਨੇ ਉਸ ਤੋਂ ਪਹਿਲਾਂ ਕੋਈ ਵੱਡਾ ਵਿਵਾਦ ਖੜਾ ਹੋ ਜਾਂਦਾ। ਇਸ ਵਾਰ ਹਲਕੇ ਵਿੱਚ ਰਾਜਾ ਵੜਿੰਗ ਚੋਣ ਪ੍ਰਚਾਰ ਕਰ ਰਹੇ ਸਨ ਤੇ ਇਸੇ ਚੋਣ ਪ੍ਰਚਾਰ ਦੌਰਾਨ ਉਹਨਾਂ ਵੱਲੋਂ ਮਾਈਕ ਇੱਕ ਨੌਜਵਾਨ ਨੂੰ ਦਿੱਤਾ ਗਿਆ। ਰਾਜਾ ਵੜਿੰਗ ਨੂੰ ਉਮੀਦ ਸੀ ਕਿ ਨੌਜਵਾਨ ਉਹਨਾਂ ਦੀ ਪੱਖ ਦੀ ਗੱਲ ਕਰੇਗਾ, ਇਸ ਲਈ ਸ਼ਾਇਦ ਇਸ ਜਨ ਸਭਾ ਵਿੱਚ ਵੀ ਪਹੁੰਚਿਆ ਹੋਇਆ। ਪਰ ਜਦੋਂ ਨੌਜਵਾਨ ਮਾਈਕ ਦੇ ਵਿੱਚੋਂ ਬੋਲਿਆ ਤਾਂ ਰਾਜਾ ਵੜਿੰਗ ਦੇ ਨਾਲ ਨਾਲ ਬਾਕੀ ਕਾਂਗਰਸੀਆਂ ਦੇ ਵੀ ਹੋਸ਼ ਉੱਡ ਗਏ, ਕਿਉਂਕਿ ਇਸ ਨੌਜਵਾਨ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਕਿਸੇ ਨੌਜਵਾਨ ਨੂੰ ਨੌਕਰੀ ਦਿੱਤੀ ਹੈ। ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ, ਰਾਜਾ ਵੜਿੰਗ 50,000 ਰੁਪਇਆ ਦੇਣ ਦੇ ਮਾਮਲੇ ਚ ਪਹਿਲਾਂ ਹੀ ਕਸੂਤੇ ਫਸੇ ਹੋਏ ਨੇ ਤੇ ਦੂਜੇ ਪਾਸੇ ਅਜਿਹੀਆਂ ਵਿਰੋਧੀਆਂ ਵੀਡੀਓ ਵੜਿੰਗ ਲਈ ਹੋਰ ਵੀ ਮੁਸੀਬਤ ਖੜੀ ਕਰ ਸਕਦੀਆਂ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।